फिर सरकार ने शुरू करता कार्ड की स्कीम शुरू करती जिहड़ी जीभ वाली गोली। जीभ वाली गोली चिट्टे नालों भी खतरनाक आ। ਤੁਸੀਂ ਮੰਨ ਲਓ ਚਿੱਟਾ ਕਿਤੇ ਨਾ ਮਿਲਿਆ, ਉਹ ਤਾਂ ਉਹਦੇ ਨਾਲ ਤਾਂ ਇੱਕ ਅੱਧਾ ਦਿਨ ਤੁਸੀਂ ਕੱਢ ਸਕਦੇ ਆ ਨਾ ਮਿਲੇ ਤੋਂ। ਜਿਹੜੀ ਜੀਭ ਵਾਲੀ ਗੋਲੀ ਨਾਲ ਆ, ਜੇ ਉਹ ਨਾ ਮਿਲੀ ਉਹਦੇ ਨਾਲ ਤੁਸੀਂ ਜਮ੍ਹਾਂ ਹੀ ਨਹੀਂ ਕੱਢ ਸਕਦੇ। ਮੇਰੇ ਮਾਪਿਆਂ ਨੇ ਮੇਰੇ ਇਕੱਲੇ ਇਲਾਜ ਤੇ, ਬਿਨਾਂ ਇਕੱਲੇ ਨਸ਼ੇ ਤੋਂ, ਮੇਰੇ ਇਲਾਜ ਤੇ ਤਕਰੀਬਨ 80 ਲੱਖ ਤੋਂ ਲੈ ਕੇ ਕਰੋੜ ਦੇ ਨੇੜੇ ਮੇਰੇ ਤਾਂ ਇਲਾਜ ਕਰਾਤਾ ਹੋਊਗਾ। 80 ਲੱਖ ਤੋਂ ਕਰੋੜ? ਹਾਂ, ਆਹ ਸਾਰੇ ਗਵਾਹ ਬੈਠੇ ਆ, ਸਾਰੇ ਬੰਦੇ ਜਾਣਦੇ ਆ ਵੀ ਇਹਦੇ 'ਤੇ ਇੰਨਾ ਖਰਚਾ ਹੋਇਆ। ਜਿਹੜਾ ਮੇਰੀ ਪੜ੍ਹਾਈ 'ਤੇ ਹੋਇਆ ਜਾਂ ਜਿਹੜਾ ਮੈਂ ਨਸ਼ਾ ਕੀਤਾ ਉਹ ਵੱਖਰਾ। ਹਾਂ, ਵੀ ਇਕੱਲਾ ਜਿਹੜਾ ਮੇਰਾ ਇਲਾਜ ਆ, ਮੇਰੇ ਤੋਂ 70 ਤੋਂ 80 ਲੱਖ ਰੁਪਈਆ ਮੇਰੇ 'ਤੇ ਇਕੱਲਾ ਇਲਾਜ ਦਾ ਉਹਨਾਂ ਨੇ ਕਰਤਾ। ਤੁਸੀਂ ਕਿੰਨੀ ਉਮਰ ਦੇ ਵਿੱਚ ਲੱਗ ਗਏ ਸੀਗਾ? ਤਕਰੀਬਨ ਮੈਂ 10ਵੀਂ ਦੇ ਵਿੱਚ ਹੁੰਦਾ ਸੀਗਾ। ਹਾਂ, 10ਵੀਂ ਤੋਂ ਬਾਅਦ ਮੈਂ ਇਸ ਲਾਈਨ 'ਚ ਪੈ ਗਿਆ ਸੀਗਾ। ਅਤੇ ਬਸ ਉਦੋਂ ਗਾਂ ਕਾਲਜਾਂ ਦੇ ਵਿੱਚ ਜਾ ਉੜੇ, ਉਦੋਂ ਕਾਲਜਾਂ ਦੇ ਵਿੱਚ ਜਾ ਕੇ ਉਦੋਂ ਜ਼ਿਆਦਾ ਵੱਧ ਗਏ ਅਤੇ ਜਾਣੀ 17-18 ਸਾਲ ਹੋ ਗਏ ਸੀ ਨਸ਼ੇ ਲਗਾਤਾਰ ਕੀਤਾ ਜੀ। ਕਿਹੜੇ ਨਸ਼ੇ ਤੋਂ, ਕਿਹੜੇ ਤੋਂ ਸ਼ੁਰੂਆਤ, ਕਿਹੜੇ ਤੋਂ ਹੋਈ? ਸ਼ੁਰੂਆਤ ਜੀ ਸਿਗਰਟ ਤੋਂ, ਸਿਗਰਟ ਤੋਂ। ਠੀਕ ਹੈ। ਹਾਂਜੀ, ਸਿਗਰਟ ਤੋਂ ਸ਼ੁਰੂਆਤ ਹੋਈ ਮੇਰੀ। ਉਦੋਂ ਬਾਅਦ ਦੇ ਵਿੱਚ ਬੀਰਾਂ ਬੂਰਾਂ ਵਗੈਰਾ ਪੀਣ ਲੱਗ ਗਏ, ਉਦੋਂ ਬਾਅਦ ਦੇ ਵਿੱਚ ਸੀਸੀਆਂ ਆ ਗਈਆਂ, ਉਦੋਂ ਬਾਅਦ 'ਚ ਸਮੈਕ ਆ ਗਈ, ਸਮੈਕ ਤੋਂ ਬਾਅਦ ਆਇਸ ਆ ਗਈ, ਆਇਸ ਤੋਂ ਬਾਅਦ ਆ ਗਈ ਆਹ ਚਿੱਟਾ ਆ ਗਿਆ, ਹੈਰਨ ਜਿਹਨੂੰ ਕਹਿ ਦਿੰਦੇ ਹਾਂ, ਇਹ ਨਸ਼ੇ ਕਰਦੇ ਨੇ। ਅਤੇ ਹੁਣ ਪੁਲਿਸ ਦੀ ਤੁਹਾਨੂੰ ਮੈਂ ਇਹਦੇ ਵਿੱਚ ਗੱਲ ਦੱਸਦਾ, ਮੇਰੀ ਬਹੁਤ ਪੁਲਿਸ ਵਾਲਿਆਂ ਨਾਲ ਗੱਲ ਹੋਈ ਆ। ਇੱਕ ਨਾ ਬਠਿੰਡੇ ਦੀ ਗੱਲ ਦੱਸਦਾ ਮੈਂ, ਜਦੋਂ ਉਹ ਬਠਿੰਡੇ ਵਾਲੇ ਪੁਲਿਸ ਵਾਲੇ ਨੇ ਕਹਿੰਦੇ ਵੀ ਬੰਦਾ ਫੜਾਓ, ਕਿਸ ਮੁੰਡਾ ਸੀ ਸੰਦੀਪ ਸਿੰਘ, ਠੀਕ ਆ, ਸੰਦੀਪ ਸਿੰਘ ਬੰਦਾ ਸੀਗਾ, ਉਹਨੂੰ ਪੁਲਿਸ ਕਹਿੰਦੇ ਵੀ ਐਂ ਕਰਕੇ ਤੂੰ ਬੰਦਾ ਫੜਾ, ਚਿੱਟੇ ਦਾ ਕੋਈ ਵਪਾਰੀ ਡੀਲਰ, ਉਹਨੂੰ ਲਾਲਚ ਹੋ ਗਿਆ ਪੈਸਿਆਂ ਦਾ ਵੀ ਜਾਂ ਮੈਨੂੰ ਪੈਸਾ ਮਿਲ ਜੂ ਜਾਂ ਨਸ਼ੇ ਦਾ, ਉਹਨੇ ਜਾਣੀ ਹਾਮੀ ਭਰਤੀ। ਅੱਛਾ, ਹੁਣ ਗੱਲ ਜਾਂ ਤਾਂ ਸੰਦੀਪ ਦੇ ਵਿੱਚ ਆ ਜਾਂ ਪੁਲਿਸ ਦੇ ਵਿੱਚ ਆ, ਗੱਲ ਤਾਂ ਦੋਨਾਂ ਦੇ ਵਿੱਚ ਆ ਨਾ। ਹੁਣ ਉਹ ਉੱਥੇ ਸਵਾਲ ਖੜਾ ਹੁੰਦਾ ਵੀ ਉਹ ਡੀਲਰਾਂ ਨੂੰ ਕਿਵੇਂ ਪਤਾ ਲੱਗਿਆ ਵੀ ਇਹ ਹੁਣ ਸਾਡੀ ਉਹ ਕਰ ਰਿਹਾ, ਰੇਕੀ ਕਰ ਰਿਹਾ। ਉਹਨਾਂ ਤੋਂ ਪਹਿਲਾਂ, ਪੁਲਿਸ ਵਾਲਿਆਂ ਤੋਂ ਆਉਣ ਤੋਂ ਪਹਿਲਾਂ ਉਹ ਡੀਲਰਾਂ ਦੇ ਬੰਦਿਆਂ ਨੇ ਆ ਕੇ ਉਹ ਬੰਦੇ ਦੀਆਂ ਲੱਤਾਂ ਤੋੜਤੀਆਂ, ਦੋਨੇ ਲੱਤਾਂ ਤੋੜਤੀਆਂ ਵੀ ਤੂੰ ਸਾਡੀ ਰੇਕੀ ਪੁਲਿਸ ਨੂੰ ਕੀਤੀ ਸੀ।